नमस्कार दोस्तों, वर्ल्ड टूर चैनल में तुहाडा सारिआं दा निघा स्वागत करदा हां। तो दोस्तों अज कल बात करांगे ग्लोबल वार्मिंग दे उत्ते। जिवें कि तुसीं जानदे हो कि पूरे विश्व दे विच ग्लोबल वार्मिंग बहुत वड्डा खतरा बन चुकी है। इसे दौरान पूरे विश्व च भारत दे विच भी लगातार टैंपरेचर च वाधा हो रहा है। तो जे गल बात करिए पिछले दिनों विच लगातार जो टैंपरेचर च वाधा हो रहा है उसके मुख्य रीजन ग्लोबल वार्मिंग है। अजिहे कुछ इंसान ने जो वातावरण चेंज करने वास्ते अपनी बहुत वड्डी भूमिका निभा रहे हैं, असी अज उन्हां नाल तुहानू मिलावांगे जिन्हां दा नाम है गुरदीप सिंह गोशा, जो लगातार वातावरण वास्ते अपना कीमती समा दिंदे ने। अजिहे इंसान जो अपना समाजिक बुराइयां नूं दूर करने वास्ते लगातार अपना समा दिंदे ने, आओ उन्हां दे नाल गल्लबात करदे हां ते जानदे हां। जी सर, ग्रीन रेवोल्यूशन दे उत्ते तुसी पंजाबियों नूं केड़ा संदेश देना चाहोगे? वाहिगुरु जी का खालसा, वाहिगुरु जी की फतेह। पर्यावरण दे उत्ते गुरबाणी चार्ज तो 500 साल पहले लिखा सी ग्रंथ साहब ने, पवन गुरु पाणी पिता माता धरत महत। पर साडे महकमां का हिंदुस्तान दे विच पर्यावरण की बड़ी प्रॉब्लम है, पोल्यूशन बहुत वध चुका। अज तापमान जिहड़ा 45 तों 50 डिग्री दे विच आ गया, आने वाले समय दे विच 50 तों पार करेगा, 55 तक जाएगा। उहदा कारण इहो है कि असीं पर्यावरण ते वर्क नहीं कर रहे, असीं ग्रीनरी नहीं लगा रहे, असीं ग्रीनरी कट रहे हैं, कंक्रीट दे असीं जंगल बनाई जा रहे हैं, पर जिहड़ी असलियत जिहड़ी जिंदगी सी जिहड़ा पर्यावरण सीगा उहनूं असीं खत्म कीते जा रहे हैं। पर इहदे विच सानूं जरूरत है हर बंदे नूं उत्ते सेवा करन दी। बूटे घरां दे बाहर आपणे लगाए जाण, उहो जिहे बूटे लगाए जाण जिद्दां नीम हो गई, या इदां दे जिहड़े नाल नाल जे दरख्त दा छां दा काम भी दिंदे, नाल नाल सानूं फल भी दिंदे जां कोई दवाईआं दिंदे आ। ਪਰ ਜ਼ਰੂਰਤ ਤੋਂ ਜਿਹੜੀਆਂ ਚੀਜ਼ਾਂ ਸੀਗੀਆਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ, ਅਸੀਂ ਆਪਣੇ ਆਪ ਨੂੰ ਮਾਡਰਨ ਬਣਾਏ ਜਾ ਰਹੇ ਹਾਂ। ਪਰ ਮੈਂ ਸਮਝਦਾ ਚਾਹੇ ਦੇਸ਼ ਬਾਹਰਲੇ ਮਾਡਰਨ ਆ, ਪਰ ਉਹਨਾਂ ਨੇ ਗਰੀਬੀ ਉੱਤੇ ਪਰਿਆਵਰਨ ਦੇ ਉੱਤੇ ਬਹੁਤ ਕੰਮ ਕੀਤਾ ਹੈ। ਪਰ ਅਸੀਂ ਇਸ ਚੀਜ਼ ਤੋਂ ਕਾਫ਼ੀ ਪਿਛੜ ਚੁੱਕੇ ਹਾਂ। ਮੈਂ ਹਰ ਭਾਰਤ ਵਾਸੀ ਨੂੰ ਬੇਨਤੀ ਕਰਾਂਗਾ ਕਿ ਘੱਟੋ ਘੱਟ ਆਪਣੇ ਘਰ ਦੇ ਬਾਹਰ ਇੱਕ ਵੀ ਜੇ ਰੁੱਖ ਲਗਾਇਆ ਜਾਵੇ ਅਤੇ ਪਾਪੂਲੇਸ਼ਨ ਦੇ ਹਿਸਾਬ ਨਾਲ ਅਸੀਂ ਕਰੋੜਾਂ ਦਰਖਤ ਬਣਾ ਲਾਂਗੇ। ਮੈਂ ਅੱਜ ਵੀ ਫੇਸਬੁੱਕ 'ਤੇ ਪੜ੍ਹ ਰਿਹਾ ਸੀ ਵੀ 150 ਕਰੋੜ ਦੇ ਤਕਰੀਬ ਸਾਨੂੰ ਦਰਖਤ ਚਾਹੀਦੇ ਆ, ਅਤੇ 4-5 ਸਾਲ ਲੱਗਦੇ ਇੱਕ ਦਰਖਤ ਨੂੰ, ਇੱਕ ਬੂਟੇ ਨੂੰ ਦਰਖਤ ਬਣਨ ਦੇ ਵਿੱਚ। ਅਤੇ ਇਹਦੇ ਵਿੱਚ ਬਹੁਤ ਜ਼ਰੂਰਤ ਹੈ, ਜੇ ਨਹੀਂ ਕਰਾਂਗੇ ਤਾਂ ਆਉਣ ਵਾਲੀ ਜਿਹਨੇ ਸਾਨੂੰ ਮਾਫ਼ ਨਹੀਂ ਕਰੇਗੀ ਤਾਂ ਸਾਡਾ ਜੀਣਾ ਸਾਹ ਲੈਣਾ ਬੜਾ ਔਖਾ ਹੋ ਜਾਏਗਾ। ਮੈਂ ਉਮੀਦ ਕਰਦਾ ਇਸ ਮੰਚ ਰਾਹੀਂ ਲੋਕਾਂ ਨੂੰ ਬੇਨਤੀ ਕਰਦਾ ਕਿ ਪਰਿਆਵਰਣ ਦੇ ਉਹਦੇ ਵਰਕ ਕੀਤਾ ਜਾਵੇ, ਪਾਣੀ ਬਚਾਇਆ ਜਾਵੇ ਤਾਂ ਜੋ ਸਾਡਾ ਜਿਹੜਾ ਆਉਣ ਵਾਲਾ ਜੀਵਨ ਸੁਰੱਖਿਅਤ ਹੋ ਸਕੇ। ਜੀ ਹਾਂ, ਤੁਹਾਡੇ ਮੁਤਾਬਕ ਜਿਹੜਾ ਗਲੋਬਲ ਵਾਰਮਿੰਗ ਦਾ ਜਿਹੜਾ ਸਾਰੇ ਪਾਸੇ ਜਿਹੜਾ ਇਫੈਕਟ ਪੈ ਰਿਹਾ ਆ ਉਹਦਾ ਰੀਜ਼ਨ ਇਹ ਕਿ ਸਾਰੇ ਪਾਸੇ ਦਰਖਤ ਘੱਟ ਰਹੇ? ਬਿਲਕੁਲ, ਦਰਖਤ ਘੱਟ ਰਹੇ ਅਤੇ ਨਾਲ ਨਾਲ ਪੋਲਿਊਸ਼ਨ ਇੰਨਾ ਹੋ ਚੁੱਕਾ ਆ। ਪੋਲਿਊਸ਼ਨ ਤੁਸੀਂ ਦੇਖੋ ਵੀ ਅਸੀਂ ਗੱਡੀਆਂ ਦੀ ਸਰਵਿਸ ਨਹੀਂ ਕਰਾਉਂਦੇ ਜਾਂ ਗੱਡੀਆਂ ਉਹ ਜਿਹੀਆਂ ਵਰਤੀ ਜਾਂਦੇ ਜਿਹ 'ਚ ਪੋਲਿਊਸ਼ਨ ਬਣਦਾ, ਜਿਹੜੀਆਂ ਫੈਕਟਰੀਆਂ ਦੇ ਵਿੱਚ ਧੂੰਆਂ ਨਿਕਲਦਾ, ਕੋਈ ਸਿਸਟਮ ਨਹੀਂ ਚੱਲ ਰਿਹਾ। ਅਸੀਂ ਇਸ ਮੰਚ 'ਤੇ ਮੈਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਾਂਗਾ, ਖਾਸ ਕਰਕੇ ਪੰਜਾਬ ਸਰਕਾਰ, ਅਸੀਂ ਪੰਜਾਬ 'ਚ ਰਹਿੰਦੇ, ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਪਰਿਆਵਰਣ ਦੇ ਉੱਤੇ ਜ਼ਿਆਦਾ ਕੰਮ ਦਿੱਤਾ ਜਾਵੇ ਤਾਂ ਜੋ ਸਾਡੇ 'ਚ ਜ਼ਿੰਦਗੀ ਹੈ ਅਤੇ ਤਾਂ ਹੀ ਸਰਕਾਰਾਂ ਬਣਨਗੀਆਂ। ਜੇ ਜ਼ਿੰਦਗੀ ਨਹੀਂ ਹੋਊਗੀ ਤਾਂ ਸਰਕਾਰਾਂ ਕਿੱਥੇ ਬਣਾਉਣਗੇ? ਇਹ 'ਤੇ ਵਰਕ ਕਰਨ ਦੀ ਜ਼ਰੂਰਤ। ਜੀ ਹਾਂ ਦੋਸਤੋ, ਬਹੁਤ ਹੀ ਖੂਬਸੂਰਤ ਮੈਸੇਜ ਹੈ। ਅਗਰ ਜੇ ਸਰਕਾਰਾਂ ਜਿਹੜੀਆਂ ਹੈਗੀਆਂ ਜੇ ਵਾਤਾਵਰਨ ਸਹੀ ਹੈ ਤਾਂ ਹੀ ਸਰਕਾਰਾਂ ਚੱਲਣਗੀਆਂ। ਸਰ, ਇਸ ਤੋਂ ਇਲਾਵਾ ਅਸੀਂ ਗੱਲ ਕਰਨਾ ਚਾਹਾਂਗੇ ਜਿਹੜਾ ਆਪਣਾ ਗੰਦਾ ਨਾਲਾ ਆ ਉਹਦੇ ਵਿੱਚ ਬਾਰ ਬਾਰ ਜਿਹੜਾ ਹੈਗਾ ਆ ਪੋਲਿਊਸ਼ਨ ਬਹੁਤ ਜ਼ਿਆਦਾ ਵਧੀ ਜਾ ਰਿਹਾ ਹੈ, ਉਹਦੇ ਉੱਤੇ ਵੀ ਤੁਹਾਡਾ ਕੋਈ ਮੈਸੇਜ ਹੋਵੇ ਜਾਂ ਉੱਥੇ ਜ਼ਿਆਦਾ ਤੋਂ ਜ਼ਿਆਦਾ ਦਰਖਤ ਲਾਉਣ ਦੀ ਅਗਰ ਤੁਸੀਂ ਕੋਈ ਅਪੀਲ ਕਰਨਾ ਚਾਹੋ? ਦੇਖੋ, ਜਿਹੜਾ ਬੁੱਢੇ ਨਾਲ ਦੀ ਗੱਲ ਕੀਤੀ ਹੈ, ਅੱਗੇ ਵੀ ਕਾਂਗਰਸ ਨੇ ਪਹਿਲਾਂ ਵੀ ਅੱਜ ਤੋਂ ਕਾਫ਼ੀ ਦੇਰ ਪਹਿਲਾਂ ਕੋਈ ਬੈਕਟੀਰੀਆ ਵੀ ਛੱਡਿਆ ਸੀ ਕਰੋਨਾ ਪੀਰੀਅਡ ਦੇ ਬੈਕਟੀਰੀਆ, ਮਨੀਸ਼ ਤਿਵਾੜੀ ਜੀ ਦੇ ਟਾਈਮ ਦੀ ਗੱਲ ਆ ਜਦੋਂ ਮੰਤਰੀ ਕੈਬਨਿਟ ਮੰਤਰੀ ਆਏ ਸੀਗੇ, ਪਰ ਉਹ ਸਿਰਫ ਖਿਆਲੀ ਪਲਾਵ ਸੀਗੇ ਅਤੇ ਅੱਜ ਜ਼ਰੂਰਤ ਹੈ ਕਿਉਂਕਿ ਬੁੱਢਾ ਨਾਲਾ ਸਾਰੇ ਸ਼ਹਿਰ ਦੇ ਵਿੱਚੋਂ ਲੰਘਦਾ, ਸਾਰੇ ਸ਼ਹਿਰ ਦੀ ਜਿੱਥੇ ਕਿ ਨਾ ਪਾਣੀ ਹੋਵੇ, ਨਦੀ ਨਾਲਾ ਹੋਵੇ, ਉਹ ਸ਼ਹਿਰ ਦੀ ਖੂਬਸੂਰਤੀ ਵਧਾਉਂਦਾ। ਪਰ ਇਹ ਸਾਡਾ ਨਾਲਾ ਇੰਨਾ ਕੁ ਗੰਦਾ ਕਰ ਦਿੱਤਾ ਗਿਆ, ਇੰਨਾ ਕੁ ਗੰਦਲਾ ਕਰ ਦਿੱਤਾ ਗਿਆ, ਇਹਦੇ ਵਿੱਚ ਫੈਕਟਰੀਆਂ ਦਾ ਜਿਹੜਾ ਸਾਰਾ ਸਿਸਟਮ ਵਿੱਚ ਜਾਂਦਾ ਜਾਂ ਸਾਡੇ ਸੀਵਰੇਜ ਸਿਸਟਮ ਜਾਂਦੇ, ਕੋਈ ਪਲਾਨ ਨਹੀਂ ਹੈਗਾ। ਇਹਨੂੰ ਪਲਾਨ ਕਰਕੇ ਬਹੁਤ ਵੱਡਾ ਇਹਦੇ ਪਲੈਨਿੰਗ ਕਰਨ ਦੀ ਜ਼ਰੂਰਤ ਹੈ ਤਾਂ ਜੋ ਸਾਡਾ ਸ਼ਹਿਰ ਸਾਫ਼ ਸੁਥਰਾ ਹੋਵੇ। ਮੈਂ ਸਮਝਦਾ ਕਿ ਇਹ ਸਾਡੇ 'ਤੇ ਦਾਗ ਲੱਗ ਚੁੱਕਾ, ਅਸੀਂ ਇੱਕ ਦਰਿਆ ਦੇ ਨਾਲੇ ਦੇ ਜਿਹੜਾ ਪਾਣੀ ਚੰਗੇ ਰੂਪ ਨੂੰ ਅਸੀਂ ਗਲਤ ਕਰ ਦਿੱਤਾ। ਜੀ ਹਾਂ ਸਰ, ਸਰ ਇਸ ਤੋਂ ਇਲਾਵਾ ਆਪਾਂ ਅਗਰ ਗੱਲ ਕਰੀਏ ਲਗਾਤਾਰ ਵਧਦੀ ਗਰਮੀ ਕਰਕੇ ਜਿਹੜੇ ਬਹੁਤ ਸਾਰੇ ਪੰਛੀਆਂ ਅਤੇ ਜਾਨਵਰਾਂ ਦੇ ਉੱਤੇ ਇਫੈਕਟ ਪਾ ਰਹੇ ਆ, ਉਹਦੇ ਵਾਸਤੇ ਵੀ ਤੁਸੀਂ ਕੁਝ ਕਰ ਰਹੇ ਹੋ? ਬਿਲਕੁਲ, ਅਸੀਂ ਤਾਂ ਲਗਾਤਾਰ ਆਪਣੇ ਤੌਰ 'ਤੇ ਕਰੇ ਜਾ ਰਹੇ। ਪੰਛੀਆਂ ਵਾਸਤੇ ਅਸੀਂ ਕਟੋਰੇ ਵੰਡੇ ਸੀਗੇ, ਪੰਛੀਆਂ ਦੇ ਵਾਸਤੇ ਦਾਣੇ ਕਰਕੇ ਕੋਠਿਆਂ 'ਤੇ ਜਾ ਕੇ ਪਾਉਂਦੇ ਸੀ। ਪਰ ਇਹ ਸਾਡੇ ਕਰਨ ਨਾਲ ਇਕੱਲੇ ਨਹੀਂ ਹੋਣਾ, ਸਾਡਾ ਤਾਂ ਇੱਕ ਮੈਸੇਜ ਹੁੰਦਾ ਕਿ ਲੀਡਰ ਦੀ ਜ਼ਿੰਦਗੀ ਕੀ ਹੁੰਦੀ ਹੈ, ਇੱਕ ਮੈਸੇਜ ਹੁੰਦਾ। ਜੇ ਲੀਡਰ ਮੈਸੇਜ ਦੇਗਾ ਤਾਂ ਲੋਕਾਂ ਨੂੰ, ਆਮ ਲੋਕਾਂ ਤੱਕ ਗੱਲ ਪਹੁੰਚਦੀ, ਹਰ ਲੋਕਾਂ ਨੂੰ ਇੱਕ ਆਮ ਰਾਏ ਬਣਾਉਣੀ ਪੈਣੀ ਹੈ। ਆਮ ਰਾਏ ਜਦੋਂ ਬਣ ਜਾਂਦੀ ਹੈ, ਕਾਫ਼ੀ ਲੋਕ ਸੇਵਾ ਕਰ ਰਹੇ ਪੰਛੀਆਂ ਦੀ, ਬੜਾ ਕੁਛ ਕਰ ਰਹੇ ਆ, ਪਰਿਆਵਰਣ 'ਤੇ ਵਰਕ ਕਰ ਰਹੇ ਆ, ਅਤੇ ਮੈਂ ਸਮਝਦਾ ਵੀ ਇੱਕ ਇੱਕ ਕਰਕੇ ਜਿੱਦਾਂ ਬੂੰਦ ਬੂੰਦ ਕਰਕੇ ਸਾਗਰ ਬਣਦਾ, ਇੱਥੇ ਸਾਰਿਆਂ ਨੂੰ ਹਮਲਾ ਕਰਨ ਦੀ ਲੋੜ ਹੈ, ਜ਼ਰੂਰਤ। ਠੀਕ ਹੈ, ਅਸੀਂ ਕੰਮ ਕਰ ਦੇ ਵਿੱਚ ਇੰਨੇ ਰੁੱਝ ਚੁੱਕੇ, ਆਪਣਾ ਕੰਮ ਕਾਰ ਕਰੀਏ, ਪਰ ਇਹ ਨਾ ਸੋਚੀਏ ਵੀ ਇਕੱਲੇ ਕੰਮ ਕਰਨ ਨਾਲ ਅਸੀਂ ਜ਼ਿੰਦਗੀ ਚਲਾ ਲਾਂਗੇ, ਸਾਡਾ ਪਰਿਆਵਰਣ ਠੀਕ ਨਹੀਂ ਹੋਏਗਾ ਤਾਂ ਜ਼ਿੰਦਗੀ ਚਲਾ ਨਹੀਂ ਸਕਦੇ। ਕੰਮ ਕਰਕੇ ਤੁਰ ਜਾਣਗੇ, ਜੇ ਕੋਈ ਬੱਚੇ ਰਹਿ ਨਹੀਂ ਪਾਉਣਗੇ ਤਾਂ ਉਸ ਚੀਜ਼ ਨੂੰ ਦੇਸ਼ ਨੂੰ ਕਰਾਂਗੇ ਕੀ? ਇਸੇ ਕਰਕੇ ਇਸ ਦੇ ਉੱਤੇ ਵਰਕ ਕਰਨ ਦੀ ਜ਼ਰੂਰਤ ਹੈ ਸਾਰਿਆਂ।
ਜੀ ਹਾਂ ਸਰ, ਸਰ ਯੂਨੀਵਰਸਲ ਲੈਵਲ ਦੇ ਉੱਤੇ ਅਗਰ ਤੁਸੀਂ ਦੇਣਾ ਹੋਵੇ ਕੋਈ ਮੈਸੇਜ ਤਾਂ ਕੀ ਦੇਵੋਗੇ? ਬਸ ਮੇਰਾ ਯੂਨੀਵਰਸਲ ਮੈਸੇਜ ਤੇ ਇਹੀ ਆ ਕਿ ਸੋਸ਼ਲ ਵਰਕਿੰਗ ਜੋ ਗੁਰੂਆਂ ਪੀਰ ਭਗਵਾਨਾਂ ਨੇ ਸਾਨੂੰ ਜੋ ਮੈਸੇਜ ਦਿੱਤਾ ਕਿ ਸੋਸ਼ਲ ਵਰਕਿੰਗ ਕਰਨੀ ਜ਼ਰੂਰੀ ਹੈ, ਜ਼ਿੰਦਗੀ ਜੀਣਾ ਆਪਣੇ ਵਾਸਤੇ, ਹਰ ਬੰਦਾ ਜ਼ਿੰਦਾ, ਜਾਨਵਰ ਵੀ ਆਪਣੇ ਵਾਸਤੇ ਜਿੰਦੇ ਆ, ਪਰ ਜਿਹੜਾ ਲੋਕ ਦੂਜਿਆਂ ਵਾਸਤੇ ਜਿੰਦਾ ਉਹ ਜ਼ਿੰਦਗੀ ਬੜੀ ਵੱਡੀ ਹੁੰਦੀ ਹੈ। ਅਤੇ ਉਸ ਜ਼ਿੰਦਗੀ ਨੂੰ, ਇਹ ਜ਼ਿੰਦਗੀ ਸਾਨੂੰ ਬਹੁਮੁੱਲਾ ਜੀਵਨ ਮਿਲਿਆ। ਗੁਰਬਾਣੀ ਕਹਿੰਦੀ ਪਈ ਪ੍ਰਾਪਤ ਮਾਨਕ ਦੇ ਰਿਹਾ ਗੋਬਿੰਦ ਮਿਲਨ ਕੀ ਤਰੀਆ, ਔਰ ਕਾਜ ਤੇ ਰੇਕੇ ਤਨ ਕਾਮਿਲ ਸਾਹ ਸੰਗਤ ਪਾਜ। ਕੇਵਲ ਨਾਮ ਨਾਮ ਦੀ ਗੱਲ ਕੀਤੀ ਹੈ ਤੇ ਸੇਵਾ ਦੀ ਗੱਲ ਕੀਤੀ ਹੈ। ਜੇ ਅਸੀਂ ਨਾਮ ਜਪਾਂਗੇ, ਸੇਵਾ ਕਰਾਂਗੇ ਤੇ ਪਰਿਆਵਰਨ ਦੇ ਉੱਤੇ ਕੰਮ ਕਰਾਂਗੇ ਤੇ ਮੇਰੇ ਖਿਆਲ ਵੀ ਸਾਨੂੰ ਜਿਹੜੇ ਜਿਸ ਜ਼ਿੰਦਗੀ ਕਰਕੇ ਅਸੀਂ ਜੀਣ ਆਏ ਹਾਂ ਤੇ ਸਾਡਾ ਸਫਲ ਹੋ ਜਾਣਾ ਚਾਹੀਦਾ। ਜੀ ਹਾਂ, ਤੁਹਾਡੇ ਮੁਤਾਬਕ ਜਿਹੜੇ ਅੰਕੜੇ ਨੇ ਕਿ ਇੱਕ ਮਨੁੱਖ ਜਿਹੜਾ ਆ 16 ਦਰਖਤ ਪੂਰੀ ਜ਼ਿੰਦਗੀ ਦੇ ਵਿੱਚ ਖਤਮ ਕਰਦਾ ਹੈ, ਤੁਹਾਡੇ ਮੁਤਾਬਕ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਅੰਕੜੇ ਵਧਣਗੇ ਜਾਂ ਘਟਣਗੇ? ਲੋਕੀ ਇੰਨੇ ਜ਼ਿਆਦਾ ਅਵੇਅਰ ਹੋਣਗੇ ਕਿ ਅਜੇ ਵੀ ਨਹੀਂ? ਜਿਸ ਹਿਸਾਬ ਨਾਲ ਪਾਪੂਲੇਸ਼ਨ ਵੱਧ ਰਹੀ ਹੈ ਉਸ ਹਿਸਾਬ ਨਾਲ ਤਾਂ ਅੰਕੜੇ ਵਧੀ ਜਾਣੇ ਆ, ਪਰ ਆਪਾਂ ਨੂੰ ਪਾਪੂਲੇਸ਼ਨ ਦੇ ਵੀ ਉੱਤੇ ਕੰਟਰੋਲ ਕਰਨ ਦੀ ਲੋੜ ਹੈ ਤੇ ਪਰਿਆਵਰਨ ਦੇ ਉੱਤੇ ਵਰਕ ਕਰਨ ਦੀ ਲੋੜ ਹੈ। ਤੇ ਇਸ ਚੀਜ਼ ਤੇ ਜਦੋਂ ਵਰਕ ਕਰਾਂਗੇ ਅੰਕੜੇ ਆਪੇ ਨਹੀਂ ਵਧਣਗੇ, ਘਟਣਗੇ, ਪਰ ਇਹ ਦੁੱਖ ਦੀ ਗੱਲ ਹੈ ਜਿਹੜੇ ਅੰਕੜੇ ਵੱਧ ਰਹੇ। ਜੀ ਹਾਂ ਸਰ, ਅੱਜ ਤੁਸੀਂ ਕਿੰਨੇ ਦਰਖਤ ਲਏ? ਅੱਜ ਅਸੀਂ 101 ਕਰੀਬ ਬੂਟੇ ਵੰਡੇ ਹੈ। ਪਹਿਲਾਂ ਵੀ ਹਰ ਸਾਲ ਜਦੋਂ ਗਰਮੀ ਆਉਂਦੀ ਅਸੀਂ ਬੂਟੇ ਕੋਸ਼ਿਸ਼ ਕਰਦੇ ਹਾਂ ਲਗਾਉਣ ਦੀ। ਅੱਜ ਸ਼ੁਰੂਆਤ ਕੀਤੀ 101 ਦੀ, ਅਸੀਂ ਡੇਲੀ ਕਿਤੇ ਨਾ ਕਿਤੇ ਜਾ ਕੇ ਬੂਟੇ ਇਹੋ ਜਿਹੇ ਵੰਡ ਕੇ ਲੋਕਾਂ ਨੂੰ ਵੇਚ ਰਹੇ ਹਾਂ। ਓਕੇ, ਧੰਨਵਾਦ ਸਰ।